ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲਾ ਨੇ ਦੱਸਿਆ ਕਿ ਸਿੱਖੀ ਦੇ ਪ੍ਰਚਾਰ ਪ੍ਰਸਾਰ ਲਈ akalcreation.com ਵੱਲੋਂ ਸਿੱਖੀ ਕੁਇਜ਼ ਐਪ ਤਿਆਰ ਕੀਤੀ ਗਈ ਹੈ, ਜਿਸ ਵਿੱਚ ਸਿੱਖ ਗੁਰੂ ਸਾਹਿਬਾਨ ਅਤੇ ਹੋਰ ਸਿੱਖ ਇਤਿਹਾਸ ਨਾਲ ਸੰਬੰਧਿਤ 10-10 ਸਵਾਲ ਪੁੱਛੇ ਜਾਂਦੇ ਨੇ, ਜਿਨ੍ਹਾਂ ਦਾ ਜਵਾਬ ਦੇਣ ਦੇ ਨਾਲ ਨਾਲ ਸੰਗਤ ਸਹਿਜ ਹੀ ਸਿੱਖੀ ਬਾਬਤ ਜਾਣਕਾਰੀ ਹਾਸਲ ਕਰ ਸਕਦੀ ਹੈ। ਉਹਨਾਂ ਕਿਹਾ ਕਿ ਵੱਧ ਤੋਂ ਵੱਧ ਸੰਗਤ QR ਕੋਡ ਸਕੈਨ ਕਰਕੇ ਐਪ ਨੂੰ ਡਾਊਨਲੋਡ ਕਰੇ ਅਤੇ ਸਿੱਖੀ ਬਾਬਤ ਜਾਣਕਾਰੀ ਲਵੇ। ਮੈਂ ਸੰਗਤ ਨੂੰ ਬੇਨਤੀ ਕਰਨਾ ਚਾਹੁੰਦਾ, ਖਾਸ ਕਰਕੇ ਨੌਜਵਾਨ ਬੱਚਿਆਂ ਨੂੰ, ਕਿ ਤੁਸੀਂ ਕੋਈ ਵੀ ਨੈੱਟ ਦੇ ਉੱਤੇ ਬਹੁਤ ਸਾਰਾ ਟਾਈਮ ਗੇਮਾਂ ਦੇ ਉੱਤੇ ਇੱਧਰ ਉੱਧਰ ਗੁਜ਼ਾਰ ਦਿੰਦੇ ਹੋ। ਇਹ ਨੌਜਵਾਨ ਬੱਚਿਆਂ ਨੇ akalcreation.com ਦੇ ਨਾਂ 'ਤੇ ਇੱਕ ਐਪ ਸ਼ੁਰੂ ਕੀਤੀ ਹੈ। ਇਸ ਐਪ ਦੇ ਨਾਲ ਜਿੱਥੇ ਇਹ ਇੰਟਰਟੇਨਿੰਗ ਵੀ ਹੋਏਗੀ, ਉੱਥੇ ਨਾਲ ਹੀ ਇਤਿਹਾਸ ਦੇ ਬਾਰੇ ਬਹੁਤ ਸਾਰੀ ਜਾਣਕਾਰੀ ਮਿਲੇਗੀ, ਆਪਣੇ ਸਿੱਖ ਗੁਰੂਆਂ ਦੇ ਬਾਰੇ ਜਾਣਕਾਰੀ ਮਿਲੇਗੀ, ਜਰਨੈਲਾਂ ਦੇ ਬਾਰੇ ਜਾਣਕਾਰੀ ਮਿਲੇਗੀ, ਔਰ ਤੁਸੀਂ ਕੁਇਜ਼ ਦੇ ਤੌਰ ਦੇ ਉੱਤੇ ਵੀ ਇਹਦੇ 'ਚ ਪਾਰਟੀਸਪੇਟ ਕਰ ਸਕਦੇ ਹੋ। ਸੋ ਮੈਂ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਜ਼ਰੂਰ ਇਸ akalcreation.com ਦੇ ਉੱਤੇ ਜਾ ਕੇ ਇਸ ਦੇ ਉੱਤੇ ਜ਼ਰੂਰ ਗੇਮ ਜਿਹੜੀ ਐਪ ਹੈ ਇਸ ਨੂੰ ਜ਼ਰੂਰ ਯੂਜ਼ ਕਰਨ ਔਰ ਅੱਗੇ ਵੀ ਰਿਕਮੈਂਡ ਕਰਨ, ਤਾਂ ਕਿ ਅਸੀਂ ਆਪਣੇ ਇਤਿਹਾਸ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾ ਸਕੀਏ।